this two-day literature festival showcases the powerful impact of literature on all art forms and how seamlessly it merges into them. It is to celebrate this magnificence of literature that English Literary Society, in collaboration with PG Department of English, has come forward with this innovative idea. Over these 2 days, we organized a series of events such as literary time travel, literary quiz, poetry slam, monologue competition, illustration contest, book nook, some language games, and a workshop was also organized by the very renowned playwright and theatre personality, Dr. Pali Pupinder Singh. Over 150 students from all across the departments participated in various events with huge enthusiasm. But what is more significant is the fact that this entire event was organized by the students of the department themselves under the guidance of the faculty of PG Department of English. And this is what English Literary Society and PG Department of English is continuously working upon. That is, not only to make them academically sound, but to groom their overall personalities, which is actually the need of the times. Thank you. Teaching Department of English, the Literary Society ne do roza lit fest organize kita jide vich bahut sare events organize kite jere ki competition de layi vi sige te aur bachyan de dekhan layi te audience unna nu hor literature better understand karan layi organize kite gaye sige. ਇਹਦੇ ਵਿੱਚ ਅਸੀਂ ਇੱਕ ਕੁਇਜ਼ ਕੰਟੈਸਟ ਕੀਤਾ, ਇਲਾਸਟ੍ਰੇਸ਼ਨ ਕੰਪੀਟੀਸ਼ਨਸ ਸੀਗੇ, ਔਰ ਓਪਨ ਮਾਈਕ ਕੰਟੈਸਟ ਸੀਗਾ, ਅਤੇ ਔਰ ਲੈਕਚਰ ਵੀ ਰਿਨਾਊਂਡ ਸਿਨੇਮਾ ਪਰਸਨੈਲਿਟੀ ਡਾਕਟਰ ਪਾਲੀ ਭੁਪਿੰਦਰ ਦਾ ਇੱਕ ਲੈਕਚਰ ਵੀ ਆਰਗੇਨਾਈਜ਼ ਕੀਤਾ. ਬੱਚਿਆਂ ਨੇ ਬਹੁਤ ਵਧੀਆ ਇੰਟਰੈਕਸ਼ਨ ਕੀਤੀ, ਉਹਨਾਂ ਦੀ ਰਿਸਪੋਂਸ, ਉਹਨਾਂ ਦਾ ਜੋਸ਼ ਜੋ ਸੀਗਾ ਇਸ ਲਿਟ ਫੈਸਟੀ ਦੇ ਵਿੱਚ ਉਹ ਦੇਖਣ ਵਾਲਾ ਸੀਗਾ. ਔਰ ਜਿਹੜੇ ਸਾਡੇ ਬੱਚੇ ਸੀਗੇ ਉਹਨਾਂ ਨੇ ਔਰਗਨਾਈਜ਼ ਕੀਤਾ, ਆਪਣੀਆਂ ਸਕਿੱਲਸ ਔਰਗਨਾਈਜੇਸ਼ਨਲ ਸਕਿੱਲਸ ਡਿਵੈਲਪ ਕੀਤੀਆਂ. ਆਡੀਅੰਸ ਨੇ ਜ਼ਰੂਰ ਆਪਣੀ ਲਿਟਰੇਚਰ ਬਾਰੇ ਆਪਣੀਆਂ ਸਕਿੱਲਸ ਜਿਹੜੀਆਂ ਨੇ ਇਨਹੈਂਸ ਕੀਤੀਆਂ ਹੋਣਗੀਆਂ. ਅਤੇ ਔਰ ਬੱਚੇ ਐਜ਼ ਆਡੀਅੰਸ ਜਦੋਂ ਉਹਨਾਂ ਨੇ ਅੰਡਰਸਟੈਂਡ ਕੀਤਾ, ਦੇਖਿਆ ਕਿ ਸਾਹਿਤ ਨਾਲ ਜੁੜ ਕੇ ਅਸੀਂ ਆਪਣੀਆਂ ਕਿਸ ਤਰ੍ਹਾਂ ਫੀਲਿੰਗਸ ਇਮੋਸ਼ਨਲੀ ਆਪਾਂ ਜੋੜਦੇ ਹਾਂ, ਸੁਸਾਇਟੀ ਦਾ ਇੱਕ ਹਿੱਸਾ ਬਣਦੇ ਹਾਂ ਇਸ ਸੁਸਾਇਟੀ ਨੂੰ ਉਭਾਰਨ ਦੇ ਵਿੱਚ. ਔਰ ਕਾਲਜ ਦੇ ਵਿੱਚ ਪੜ੍ਹਾਈ ਤਾਂ ਹੁੰਦੀ ਰਹਿੰਦੀ ਹੈ, ਪਰ ਨਾਲ ਨਾਲ ਇਸ ਤਰ੍ਹਾਂ ਐਕਟੀਵਿਟੀਜ਼ ਜਦੋਂ ਹੁੰਦੀਆਂ ਨੇ ਤਾਂ ਬੱਚਿਆਂ ਦੀ ਪਰਸਨੈਲਿਟੀ ਦੇ ਵਿੱਚ ਬਹੁਤ ਡਿਵੈਲਪ ਹੁੰਦਾ, ਉਹਨਾਂ ਨੂੰ ਲੀਡਰਸ਼ਿਪ ਕੁਆਲਿਟੀਜ਼ ਡਿਵੈਲਪ ਕਰਦੇ ਹੈ, ਟੀਮ ਸਪਿਰਿਟ ਜਿਹੜੀ ਹੈ ਉਹ ਡਿਵੈਲਪ ਕਰਦੇ ਹੈ, ਔਰ ਉਹਨਾਂ ਨੂੰ ਆਸ ਪਾਸ ਕਿਵੇਂ ਵਿਚਰਨਾ ਇਹ ਵੀ ਪਤਾ ਲੱਗਦਾ. ਅਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਈਅਰਸ ਦੇ ਵਿੱਚ ਵੀ ਜਦੋਂ ਜਦੋਂ ਇੰਗਲਿਸ਼ ਡਿਪਾਰਟਮੈਂਟ ਇਸ ਤਰ੍ਹਾਂ ਦੀਆਂ ਕੋਈ ਐਕਟੀਵਿਟੀਜ਼ ਔਰਗਨਾਈਜ਼ ਕਰੇਗਾ ਤਾਂ ਬੱਚੇ ਜ਼ੋਰ ਸ਼ੋਰ ਨਾਲ ਔਰਗਨਾਈਜ਼ ਵੀ ਕਰਨਗੇ, ਪਾਰਟੀਸੀਪੇਟ ਵੀ ਕਰਨਗੇ, ਅਤੇ ਉਹਨਾਂ ਨੂੰ ਸਿੱਖਣ ਨੂੰ ਬਹੁਤ ਕੁਛ ਮਿਲੇਗਾ. ਥੈਂਕ ਯੂ. ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਨਾਟਕਕਾਰ ਪਾਲੀ ਭੁਪਿੰਦਰ ਸਿੰਘ, ਔਰ ਅੱਜ ਮੈਂ ਇੱਥੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਵਿੱਚ ਆਇਆ ਆਪਣੇ ਕੁਛ ਬੱਚਿਆਂ ਦੇ ਨਾਲ ਕ੍ਰੀਏਟਿਵ ਰਾਈਟਿੰਗ ਅਤੇ ਐਕਟਿੰਗ ਦੇ ਬਾਰੇ ਆਪਣੇ ਅਨੁਭਵ ਸ਼ੇਅਰ ਕਰਨ.
ਔਰ ਮੈਂ ਇਹ ਦੂਜੀ ਵਾਰੀ ਇੱਥੇ ਆਇਆ ਔਰ ਅੱਜ ਵੀ ਮੈਨੂੰ ਉਨਾ ਹੀ ਚੰਗਾ ਲੱਗਿਆ। ਕੋਈ 100-150 ਦੇ ਕਰੀਬ ਬਹੁਤ ਬੱਚੇ ਵਧੀਆ ਜਿਨ੍ਹਾਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਔਰ ਸਾਰੇ ਟੀਚਰ ਫੈਕਲਟੀ ਹਮੇਸ਼ਾ ਵਾਂਗ ਵਧੀਆ ਅਨੁਭਵ ਸੀ। ਘੱਟੋ ਘੱਟ 20-25 ਬੱਚੇ ਮੈਂ ਅਜਿਹੇ ਦੇਖ ਸਕਦਾ ਜਿਹੜੇ ਸੱਚਮੁੱਚ ਕੁਛ ਸਿੱਖਣ ਦੇ ਲਈ ਇੱਥੇ ਬੈਠੇ ਸਨ ਔਰ ਹੁਣ ਵੀ ਮੇਰਾ ਉਹਨਾਂ ਨਾਲ ਇੰਟਰੈਕਸ਼ਨ ਚੱਲ ਰਹੀ ਹੈ। ਤਾਂ ਇਹ ਕਾਲਜ ਦਾ ਬਹੁਤ ਵਧੀਆ ਇਨੀਸ਼ੀਏਟਿਵ ਹੈ ਕਿ ਉਹ ਬੱਚਿਆਂ ਦੇ ਵਿੱਚ ਇਸ ਤਰੀਕੇ ਦੀ ਕੋਈ ਕ੍ਰੀਏਟਿਵਿਟੀ ਉਹਨਾਂ ਦੇ ਸ਼ੌਕ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਸਮਝਦਾ ਕਿ ਸਧਾਰਨ ਐਜੂਕੇਸ਼ਨ ਕਿਤਾਬਾਂ ਪੜ੍ਹਾ ਦੇਣੀਆਂ, ਪੇਪਰ ਲੈ ਲੈਣੇ, ਇਹ ਕਿਸੇ ਐਜੂਕੇਸ਼ਨਲ ਇੰਸਟੀਟਿਊਸ਼ਨ ਦਾ ਨਾ ਤਾਂ ਮਕਸਦ ਹੈ ਨਾ ਹੋ ਸਕਦਾ। ਜਿੰਨੀ ਦੇਰ ਤੱਕ ਸਟੂਡੈਂਟਸ ਦੀ ਆਲ ਆਰਾਊਂਡ ਪਰਸਨੈਲਿਟੀ ਬਿਲਡ ਨਹੀਂ ਹੁੰਦੀ, ਖਾਸ ਤੌਰ 'ਤੇ ਉਹਨਾਂ ਅੰਦਰ ਕ੍ਰੀਏਟਿਵਿਟੀ ਬਿਲਡ ਨਹੀਂ ਹੁੰਦੀ, ਕੋਈ ਇੰਸਟੀਟਿਊਸ਼ਨ ਜਿਹੜਾ ਹੈ ਉਹ ਸਹੀ ਮਾਇਨਿਆਂ ਦੇ ਵਿੱਚ ਇੰਸਟੀਟਿਊਸ਼ਨ ਨਹੀਂ ਹੈ, ਐਜੂਕੇਸ਼ਨਲ ਇੰਸਟੀਟਿਊਸ਼ਨ ਤਾਂ ਬਿਲਕੁਲ ਹੀ ਨਹੀਂ ਹੈ। ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਥੇ ਮੈਨੂੰ ਠੀਕ ਉਹੋ ਜਿਹਾ ਐਟਮੋਸਫੀਅਰ ਮਿਲਿਆ ਔਰ ਮੈਂ ਇਸ ਕਾਲਜ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਕਿ ਉਹਨਾਂ ਨੇ ਮੈਨੂੰ ਬੜੇ ਜੋਸ਼ ਨਾਲ ਭਰੇ ਹੋਏ ਬੱਚਿਆਂ ਦੇ ਰੂਬਰੂ ਕਰਵਾਇਆ।